लुधियाने का बहुत बुरा हाल है, गंद देख लो तुहाडे सामने पिया, बीमारियां फैलदियां, बीमारियां दे वैसे बहुत ज्यादा फैल जाएंगी जी। लुधियाने च इन्ना गंद है जी, कित्थों स्मार्ट सिटी है ये दसो, इन्ना गंद पिया है। हर रोज़ यही काम होता जी, इतने जदों मर्जी देख लो जी, जो तुसी दो घंटे बाद आ जाओ, दो घंटे बाद भी यही कुछ होना इतने। देखो तुहाडे सामने इन्ना जाम लग्या पिया जी, दो तीन घंटे हो गए जाम च फसे जी, तुसी आप ही देख लो, आ सामने गंद पिया। ये कूड़े ने तो जी बहुत जाम लगते ने, साड़ा कारोबार बिल्कुल खत्म होया होया। उदू बाद स्कूल ने साडे नाल, बच्चों का हाल बहुत बुरा है, स्मैल बहुत ज़्यादा, मच्छर बहुत होंगे, मक्खी बहुत है, बीमारी का बहुत है, इतने मैल हर बंदा कोई ना कोई बीमारी रहा। सरकारी सारी उदा नहीं है, सेंटर भी सारा उदा रहा, वह भी इदा ही सब करी जाते, लोगों ढोल बजा लै कर लिया, होर कुछ नहीं कर सकते। सत श्री अकाल जी, मैं इंदरजीत कौर, तुसी देख रहे हो सिटी होम न्यूज़। असी खड़े हाँ जी अज ख्वाजा कोठी चौंक, जिथे कि सड़क के उत्ते इन्ना गंद दे करके लोगों नू काफ़ी ट्रैफिक दी और बहुत ज़्यादा गंद की समस्या का सामना करना पै रहा है। जानदे हां लोगों तो गलबात करते हैं, तो पुछते हैं उन्होंने तो कि किवें दी इन्हां नू समस्या फेस करनी पै रही है। की कहना चाहोगे जी जो गंद दा इन्ना ढेर लग्या पिया? प्रशासन नू ध्यान करना चाहिए जी, पब्लिक तुहाडे सामने कितनी तंग हो रही है, ਉਹਦਾ ਕੋਈ ਧਿਆਨ ਨਹੀਂ। ਪਬਲਿਕ ਇਸ ਟਾਈਮ ਦੇ ਉੱਤੇ ਰੁਕੀ ਹੋਈ ਹੈ, ਸਾਰੇ ਪਾਸੇ ਤੁਹਾਡੇ ਸਾਹਮਣੇ ਜਾਮ ਲੱਗਿਆ, ਕਿੰਨੀ ਕੀ ਪਰੇਸ਼ਾਨੀ ਆਮ ਪਬਲਿਕ ਨੂੰ ਹੋ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ। ਇਸ ਤਰ੍ਹਾਂ ਕਰੋਨਾ ਦੀ ਬਿਮਾਰੀ ਹੈ, ਗੰਦ ਨਾਲ ਜ਼ਿਆਦਾ ਬਿਮਾਰੀ ਨਹੀਂ ਹੋ ਰਹੀ? ਮੈਨੂੰ ਗੰਦ ਦਾ ਤਾਂ ਪਤਾ ਨਹੀਂ ਮੈਡਮ, ਪਰ ਆਉਂਦਾ ਹੁਣ ਅੱਛੀ ਗੱਲ, ਵੈਸੇ ਗੰਦ ਦੇ ਅੰਦਰ ਅੱਛੀ ਗੱਲ ਨਹੀਂ ਹੈ, ਗੰਦ ਕਿਤੇ ਵੀ ਨਹੀਂ ਹੋਣਾ ਚਾਹੀਦਾ। ਬੇਸਿਕਲੀ ਤਾਂ ਦੇਖਣ ਇਹਨਾਂ ਨੂੰ ਇੱਥੇ ਨਹੀਂ ਕਰਨਾ ਚਾਹੀਦਾ, ਸਭ ਚੀਜ਼ਾਂ ਡੰਪ ਬਾਹਰ ਕਰਨਾ ਚਾਹੀਦਾ। ਕੁਛ ਮੈਸੇਜ ਦੇਣਾ ਚਾਹੋਗੇ? ਨਹੀਂ, ਜਲਦੀ ਤੋਂ ਜਲਦੀ ਕਲੀਅਰ ਕਰਾਇਆ ਜਾਵੇ ਜੀ, ਸੋ ਦੈਟ ਪਬਲਿਕ ਪਰੇਸ਼ਾਨ ਨਾ ਹੋਵੇ। ਸਮਾਰਟ ਸਿਟੀ ਹੈ ਜੀ, ਕੀ ਕਹਿਣਾ ਚਾਹੋਗੇ? ਦਾਦਾ ਜੀ ਲੁਧਿਆਣੇ 'ਚ ਇੰਨਾ ਗੰਦ ਹੈ ਜੀ, ਕਿੱਥੋਂ ਸਮਾਰਟ ਸਿਟੀ ਹੈ ਇਹ ਦੱਸੋ, ਆ ਇੰਨਾ ਗੰਦ ਪਿਆ ਆ, ਕੌਣ ਕਹਿੰਦਾ ਸਮਾਰਟ ਸਿਟੀ ਆ? ਲੁਧਿਆਣੇ ਦਾ ਬਹੁਤ ਬੁਰਾ ਹਾਲ ਹੈ, ਗੰਦ ਦੇਖ ਲਓ ਤੁਹਾਡੇ ਸਾਹਮਣੇ ਪਿਆ, ਲੋਕਾਂ ਨੂੰ ਪਰੇਸ਼ਾਨੀ, ਇੰਨਾ ਕਿਤੇ ਬਿਮਾਰੀਆਂ ਫੈਲਦੀਆਂ, ਬਿਮਾਰੀਆਂ ਦੇ ਵੈਸੇ ਇੰਨਾ ਬਹੁਤ ਜ਼ਿਆਦਾ ਫੈਲ ਜਾਣਗੇ। ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਇਹਦੀ ਸਫਾਈ ਦਾ ਹੱਲ ਕੀਤਾ ਜਾਵੇ, ਜੇ ਡੀ ਯੂ ਜਨਰਲ ਨੂੰ ਠੇਕਾ ਦਿੱਤਾ, ਉਹ ਵੈਸੇ ਲੁਟੇਰੇ ਬਣੇ ਹੋਏ ਆ, ਇਸ ਕਰਕੇ ਤੁਸੀਂ ਸਹੀ ਢੰਗ ਨਾਲ ਇਹਦਾ ਹੱਲ ਕੀਤਾ ਜਾਵੇ। ਇਹਨੇ ਜੀ ਇਹ JCB ਦੇ ਡਰਾਈਵਰ, ਤੁਸੀਂ ਇਹ ਵਿੱਚ ਲਗਾ ਕੇ ਬੈਠੇ ਹੋ, ਇਹਦੇ ਨਾਲ ਟ੍ਰੈਫਿਕ ਦੀ ਪ੍ਰੋਬਲਮ ਹੋ ਰਹੀ ਆ, ਇਹ ਕੰਮ ਤੁਹਾਨੂੰ ਮਾਰਨਿੰਗ 'ਚ ਕਰਨਾ ਚਾਹੀਦਾ ਸੀ। ਅਬ ਤਿੰਨ ਤਿੰਨ ਵਾਰ JCB ਆਦਾ ਹੈ, ਫਿਰ ਵੀ ਸੰਭਾਲ ਨਹੀਂ, ਕੀ ਕਹੇ, ਦੋ ਚਾਰ ਦਿਨ ਇੱਦਾਂ ਹੀ ਚੱਲੂਗਾ ਬਾ, ਉਸਕੇ ਬਾਅਦ ਠੀਕ ਹੋ ਜਾਏਗਾ। ਤੁਸੀਂ ਜਿਸ ਤਰ੍ਹਾਂ ਫ੍ਰੀ ਖੜੇ ਹੋ ਅਤੇ ਇੰਨਾ ਜਾਮ ਲੱਗਿਆ ਹੋਇਆ, ਲੋਕਾਂ ਨੂੰ ਕਾਫ਼ੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਇਹਦੇ ਨਾਲ, ਕੀ ਕਰੀਏ, ਖੁੱਲੂਗਾ ਤਾਂ ਹੀ ਲੋਡਰ ਮਾਰਾਂਗੇ, ਜਗ੍ਹਾ ਨਹੀਂ ਹੈ ਨਾ ਪਿੱਛੇ ਜਾਣ ਕੇ ਲਈ JCB ਤਾਂ ਹੋ ਜਾਊਗਾ। ਇਹ ਹਨ ਜੀ ਡੰਪ ਦੇ ਸਾਹਮਣੇ ਦੇ ਦੁਕਾਨਦਾਰ, ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਤੁਹਾਡਾ? ਦੱਸੋਗੇ ਜੀ ਕੀ ਜਿਵੇਂ ਕੂੜਾ ਇੰਨਾ ਪਿਆ ਰੋਡ ਦੇ ਉੱਪਰ, ਕੀ ਟ੍ਰੈਫਿਕ ਜਾਮ ਹੁੰਦਾ, ਸਾਡੇ ਗਾਹਕ ਕਸਟਮਰ ਸਾਰੇ ਨਿਕਲ ਜਾਂਦੇ ਆ, ਦੂਸਰਾ ਰੋਟੀ ਖਾਣ ਵੇਲੇ ਸਾਨੂੰ ਬਹੁਤ ਤੰਗੀ ਹੁੰਦੀ ਹੈ, ਇੱਥੇ ਬਹੁਤ ਆਉਂਦੀ ਸਾਰਾ ਦਿਨ ਇੱਥੇ ਆਉਂਦੇ, ਇਹਦਾ ਕੋਈ ਹੱਲ ਹੁੰਦਾ ਹੀ ਨਹੀਂ ਹੈ, ਜਿੰਨਾ ਵੀ ਅਸੀਂ ਕਹਿ ਚੁੱਕੇ ਹਾਂ ਬਹੁਤ ਕੋਈ ਨਹੀਂ ਆ ਰਿਹਾ ਸਮਾਜ। ਤੁਸੀਂ ਕੋਸ਼ਿਸ਼ ਕੀਤੀ ਕਿ ਕੌਂਸਲਰ ਨੂੰ ਜਾਂ ਕਿਸੇ ਤੱਕ ਪਹੁੰਚ ਕਰਨ ਦੀ ਵੀ ਉਹਨਾਂ ਨੂੰ ਕਹੀਏ? ਬਹੁਤ ਕਹਿ ਚੁੱਕੇ ਹਾਂ, ਲੋਕ ਜੱਗੀ ਵੇਲੇ ਵੀ ਕਹਿ ਰਹੇ, ਬਾਦਲ ਵੇਲੇ ਵੀ, ਸਾਰੇ ਤਰ੍ਹਾਂ ਕਹਿ ਰਹੇ, ਕਿਸੇ ਸਾਲ ਇਹਨੇ ਨਹੀਂ ਕੀਤਾ, ਇਹ ਸਭ ਇੱਥੇ ਇਹੀ ਹਾਲ ਹੋ ਰਿਹਾ। ਕੋਈ ਸੁਣਵਾਈ ਨਹੀਂ ਹੋ ਰਹੀ? ਕੋਈ ਸੁਣਵਾਈ ਨਹੀਂ। ਕੋਈ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ, ਸਰਕਾਰੀ ਸਾਰੀ ਉੱਦਾਂ ਨਹੀਂ ਆ, ਸੈਂਟਰ ਵੀ ਸਾਰਾ ਉੱਦਾਂ ਦਾ, ਉਹ ਵੀ ਇੱਦਾਂ ਹੀ ਸਭ ਕਰੀ ਜਾਂਦੇ, ਲੋਕਾਂ ਨੂੰ ਢੋਲ ਵਜਾ ਲੈ ਕਰ ਲਿਆ, ਹੋਰ ਕੁਛ ਨਹੀਂ ਇਹ ਕਰ ਸਕਦੇ। ਤੁਹਾਡੇ ਸਾਹਮਣੇ ਜੋ ਕੂੜਾ ਇੰਨਾ ਰੋਡ ਦੇ ਉੱਪਰ ਪਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇਹ ਕੂੜੇ ਨੇ ਤਾਂ ਜੀ ਬਹੁਤ ਜਾਮ ਲੱਗਦੇ ਨੇ, ਸਾਡਾ ਕਾਰੋਬਾਰ ਬਿਲਕੁਲ ਖਤਮ ਹੋਇਆ ਹੋਇਆ, ਅਤੇ ਇਹ ਸਵੇਰ ਤੋਂ ਲੈ ਕੇ ਸ਼ਾਮੀ ਦੋ ਤਿੰਨ ਵਜੇ ਤੱਕ, ਕਈ ਵਾਰੀ ਚਾਰ ਵਜੇ ਤੱਕ ਕੂੜਾ ਚੱਕ ਨਹੀਂ ਹੁੰਦਾ, ਪੂਰਾ ਰੋਡ ਜਾਮ ਰਹਿੰਦਾ, ਇਹਦੇ ਨਾਲ ਬਹੁਤ ਪਰੇਸ਼ਾਨੀ ਹੈ, ਸਮੈਲ ਬਹੁਤ ਜ਼ਿਆਦਾ, ਮੱਛਰ ਬਹੁਤ ਹੁੰਦਾ, ਮੱਖੀ ਬਹੁਤ ਹੈ, ਬਿਮਾਰੀ ਦਾ ਬਹੁਤ ਹੈਗਾ, ਇੱਥੇ ਮੈਲ ਹਰ ਬੰਦਾ ਕੋਈ ਨਾ ਕੋਈ ਬਿਮਾਰੀ ਰਹਿੰਦਾ। ਗ੍ਰਾਹਕ ਦੀ ਪੁਜੀਸ਼ਨ ਇਹ ਹੈ ਵੀ ਜਿਹੜਾ ਕੋਈ ਬੰਦਾ ਹੁਣ ਬਾਹਰੋਂ ਆਉਣਾ, ਕਿਸੇ ਨੇ ਸਿਵਲ ਲਾਈਨ ਤੋਂ ਆਉਣਾ, ਉਹਨਾਂ ਨੂੰ ਪਤਾ ਵੀ ਇੱਥੇ ਜਾਮ ਹੋਣਾ, ਉਹ ਆਉਂਦਾ ਹੀ ਨਹੀਂ ਹੈ। ਉਦੋਂ ਬਾਅਦ ਸਕੂਲ ਨੇ ਸਾਡੇ ਨਾਲ, ਬੱਚਿਆਂ ਦਾ ਹਾਲ ਬਹੁਤ ਬੁਰਾ ਹੈ। ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੋਗੇ ਵੀ ਬਸ ਇਹ ਹੈ ਵੀ ਸਵੇਰੇ 9-10 ਵਜੇ ਤੋਂ ਪਹਿਲਾਂ ਅਗਰ ਕੂੜਾ ਚੱਕਦੇ ਆ ਕਰਨ, ਸਾਫ਼ ਹੋ ਜਾਵੇ,
ਤਾਂ ਪਹਿਲਾਂ ਤਾਂ ਵੈਸੇ ਇਹਨੂੰ ਡੰਪ ਨੂੰ ਹੀ ਅਗਰ ਇੱਥੋਂ ਚੱਕਣ ਤਾਂ ਜ਼ਿਆਦਾ ਵਧੀਆ, ਪਰ ਜੇ ਫਿਰ ਵੀ ਇਹ ਹੈ ਵੀ ਡੰਪ ਨਹੀਂ ਚੱਕ ਸਕਦੇ ਤਾਂ ਕੂੜਾ 9 ਵਜੇ ਤੋਂ ਪਹਿਲਾਂ ਸਾਫ਼ ਹੋ ਜਾਣਾ ਚਾਹੀਦਾ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ। ਸਵੇਰੇ ਕੂੜਾ ਆ ਜਾਵੇ ਜਲਦੀ ਆ ਜਾਵੇ ਅਤੇ ਜਲਦੀ ਚੱਕਿਆ ਜਾਵੇ, ਉਸ ਤੋਂ ਬਾਅਦ ਕੂੜਾ ਨਾ ਆਵੇ। ਇਹਦੇ ਨਾਲ ਥੋੜ੍ਹਾ ਜਿਹਾ ਫਿਰ ਵੀ ਲੋਕਾਂ ਨੂੰ ਰਿਲੀਫ ਰਹੇਗੀ। ਉੱਧਰੋਂ ਅੱਜ ਕੱਲ੍ਹ ਟਰਾਂਸਪੋਰਟਾਂ ਦਾ ਕੰਮ ਬਹੁਤ ਜ਼ਿਆਦਾ, ਇੱਥੇ ਕੋਈ ਨਾ ਕੋਈ ਟਰੱਕ ਆ ਕੇ ਫਸ ਗਿਆ ਫਿਰ ਨਿਕਲਦਾ ਹੀ ਨਹੀਂ ਹੈ। ਹੁਣ ਵੀ ਜਾਮ ਦੇਖੋ ਤੁਹਾਡੇ ਸਾਹਮਣੇ ਬਹੁਤ ਲੱਗਿਆ ਹੋਇਆ, ਇਹਦੇ ਕਰਕੇ ਆ ਜੀ ਜ਼ਿਆਦਾ ਪ੍ਰੋਬਲਮ। ਜਾਮ ਲੱਗਾ ਇੱਥੇ, ਕੂੜਾ ਕੀ ਬੋਲਣਾ ਦੇਖ ਰਹੇ ਹੋ ਆਪਣੇ ਸਾਹਮਣੇ ਹੈ, ਦੇਖੋ ਤੁਹਾਡੇ ਸਾਹਮਣੇ ਇੰਨਾ ਜਾਮ ਲੱਗਿਆ ਪਿਆ ਜੀ, ਦੋ ਤਿੰਨ ਘੰਟੇ ਹੋ ਗਏ ਜਾਮ 'ਚ ਫਸੇ ਜੀ, ਤੁਸੀਂ ਆਪ ਹੀ ਦੇਖ ਲਓ ਆ ਸਾਹਮਣੇ ਗੰਦ ਪਿਆ। ਰੋਜ਼ ਦਾ ਆਉਣਾ ਜਾਣਾ ਇਸ ਰੋਡ 'ਤੇ ਆਉਣਾ ਜਾਣਾ ਜੀ, ਰੋਜ਼ ਹੀ ਇੱਦਾਂ ਹੁੰਦਾ ਜੀ, ਰੋਜ਼ ਦਾ ਆਹੀ ਹਾਲ ਹੈ ਜੀ। ਦੇਖ ਲਓ ਜੀ ਤੁਸੀਂ ਆਪ ਹੀ ਦੇਖ ਲਓ ਲੋਕ ਕਿੰਨੇ ਤੰਗ ਹੋ ਰਹੇ ਆ, ਉੱਤੋਂ ਤੇਲ ਇੰਨਾ ਮਹਿੰਗਾ ਲਾਉਂਦੀ ਆ ਗੌਰਮੈਂਟ। ਦੇਖੋ ਜੀ ਆ ਖੜੇ ਆ ਸਾਰੇ ਬੰਦੇ ਵਿਹਲੇ, ਕੋਈ ਬੰਦਾ ਨਾ ਕੋਈ ਦੇਖ ਲਓ, ਤੁਹਾਡਾ ਡੇਲੀ ਦਾ ਰੂਟੀਨ ਆ ਜੀ ਇੱਥੇ? ਰੋਜ਼ ਜਾਣਾ ਜੀ ਮੈਂ, ਰੋਜ਼ ਜਾਣਾ ਮੈਂ, ਡੇਲੀ ਇਹ ਹਾਲ ਹੁੰਦਾ ਇੱਥੇ, ਹਰ ਰੋਜ਼ ਇਹੀ ਕੰਮ ਹੁੰਦਾ ਜੀ ਇੱਥੇ, ਜਦੋਂ ਮਰਜ਼ੀ ਦੇਖ ਲਓ ਜੀ, ਜਦੋਂ ਤੁਸੀਂ 2 ਘੰਟੇ ਬਾਅਦ ਆ ਜਾਓ 2 ਘੰਟੇ ਬਾਅਦ ਵੀ ਇਹੀ ਕੁਛ ਹੋਣਾ ਇੱਥੇ, ਇੱਥੇ 2-2, 3-3 ਘੰਟੇ ਬੰਦਾ ਫਸਿਆ ਰਹਿੰਦਾ ਜੀ, ਹਰ ਟਾਈਮ ਜਦੋਂ ਮਰਜ਼ੀ ਆ ਜਾਓ। ਤੁਸੀਂ ਦੇਖਿਆ ਜੀ ਅਸੀਂ ਇਸ ਟਾਈਮ ਸੀਗੇ ਖਵਾਜਾ ਕੋਠੀ ਚੌਂਕ, ਜਿੱਥੇ ਕਿ ਕੂੜੇ ਦੇ ਢੇਰ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇੰਨਾ ਹੀ ਕਹਿੰਦੇ ਹੋ ਇੰਦਰਜੀਤ ਨੂੰ ਦਿਓ ਇਜਾਜ਼ਤ।